ਲਖਵੀਰ ਸ਼ਕੂਰ ਵਾਲਾ ਸਾਰੇ ਵੀਰ ਆਏ ਹੋਏ ਆ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਲਓ ਮੈਂ ਮੈਚ ਜਿਹੜਾ ਸ਼ੁਰੂ ਕਰਵਾ ਦਿਓ ਜੀ ਇੰਦਗੜ੍ਹ ਦੀ ਟੀਮ ਚਲੀ ਗਈ ਹੈ ਇੱਧਰ ਪਿੰਡ ਵਾਲੀ ਸਾਈਡ ਤੇ ਸੈਣੇ ਦੀ ਟੀਮ ਚਲੀ ਗਈ ਹੈ ਨਹਿਰ ਵਾਲੇ ਪਾਸੇ ਚੜ੍ਹਦੇ ਵਾਲੀ ਸਾਈਡ ਲਓ ਮੁੰਡਾ ਹਰਿਆਣੇ ਚੋਂ ਚੱਲ ਕੇ ਆਇਆ ਡੱਬ ਵਾਲੀ ਦੇ ਕੋਲੋਂ ਚੱਲ ਕੇ ਆਇਆ ਅਲੀਕਿਆਂ ਦੇ ਕੋਲੋਂ ਚੱਲ ਕੇ ਆਇਆ ਐਨ ਕਹਿੰਦੇ ਦੇਸੂ ਯੋਧਾ ਵਾਲੇ ਗੇਜੇ ਦੀ ਪਾਈ ਹੋਈ ਰੇਡ ਤੇ ਸਾਹਮਣੇ ਟੱਚ ਲੱਗਾ ਉਹ ਮੁੰਡਾ ਜਾਂਦਾ ਹਰਿਆਣੇ ਵਾਲਾ ਇਹਦੀ ਵੀ ਪੂਰੀ ਚੜ੍ਹਾਈ ਹੈ ਰਜਿੰਦਰ ਬੈਲੀ ਜੀ ਆਹ ਗੱਭਰੂ ਨੇ ਤੁਹਾਡੇ ਲਈ ਧਾਵੇ ਬੋਲੇ ਹੈ ਅੱਜ ਸਿਰੇ ਦਾ ਖਿਡਾਰੀ ਹੈ ਲਓ ਗੇਜਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਆਹ ਖਿਡਾਰੀ ਕੌਣ ਹੈ ਮਨਸੂਰਵਾਲ ਪਿੰਡ ਹੈ ਮੁੰਡੇ ਦਾ ਤੇ ਲੱਖਾ ਨਾਮ ਹੈ ਜਦੋਂ ਪਹਿਲੀ ਵਾਰ ਮੱਲੀਆਂ ਦੇ ਚੈਂਪੀਅਨਸ਼ਿਪ ਖੇਡਣ ਗਿਆ ਤਾਂ ਆਹ ਗੱਭਰੂ ਨੂੰ ਕਬੱਡੀ ਪਾਉਣ ਦੀ ਤਕਨੀਕ ਨਹੀਂ ਸੀਗੀ ਕਿਉਂਕਿ ਮੈਂ ਉਹ ਚੈਂਪੀਅਨਸ਼ਿਪ ਦੇ ਵਿੱਚ ਨਾਲ ਸੀ ਤੇ ਆਹ ਕਬੱਡੀ ਦੇ ਖਿਡਾਰੀ ਨੇ ਉਸ ਤੋਂ ਬਾਅਦ ਆਪਣੇ ਸਰੀਰ ਨੂੰ ਸੰਭਾਲਿਆ ਤੇ ਅੱਜ ਸਿਰੇ ਦਾ ਖਿਡਾਰੀ ਬਣ ਗਿਆ ਕੌਣ ਲੱਖਾ ਮਨਸੂਰਵਾਲ ਆ ਮੰਦਰ ਏਦੂ ਬਾਅਦ ਬੱਚਿਆਂ ਦਾ ਮੈਚ ਕਰਾ ਦੇ ਯਾਰ ਐਕਸ਼ਨ ਨਾਲ ਠੀਕ ਹੈ ਠੀਕ ਹੈ ਠੀਕ ਹੈ ਹਾਂ ਜਿਹੜਾ ਤੂੰ ਕਵੇਂਗਾ ਕੁਲਦੀਪ ਕਰਾਈ ਚੱਲਾਂਗੇ ਉਹ ਆਉਂਦੇ ਹੁੰਦੇ ਆ ਨਾ ਵੀ ਭਰਿਆ ਹਾਂ ਉਹ ਆਉਂਦੇ ਹੁੰਦੇ ਨਾ ਵੀ ਨੌਕਰ ਤੇ ਨਖਰਾ ਕੀ ਅਸੀਂ ਤੇ ਜਿਹੜਾ ਕੁਝ ਤੂੰ ਕਹੀ ਜਾਣਾ ਉਹੋ ਹੀ ਕਰਵਾਈ ਜਾਣਾ ਜਿਹੜਾ ਕੁਝ ਤੂੰ ਕਹੇਂਗਾ ਜਿਹੜੀ ਕਮੇਟੀ ਕਹੂਗੀ ਅਸੀਂ ਤੇ ਉਹੀ ਕਰਨਾ ਲਓ ਸਾਹਮਣੇ ਮੁਕਾਬਲਾ ਚੋਟੀ ਦਾ ਨੰਬਰ ਰੇਡਰ ਦੇ ਹਿੱਸੇ ਹੈ ਲਓ ਸਾਫੂਵਾਲ ਦੀ ਧਰਤੀ ਤੇ ਪਿੰਡਾਂ ਸਾਹਮਣੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਲਓ ਦੂਸਰੇ ਪਾਸੇ ਟਿਕਦੇ ਆ ਕਿ ਐਨ ਕਹਿੰਦੇ ਕੱਦ 6-6 ਫੁੱਟ ਦੋਤਾ ਹੈ ਲਓ ਪਿੰਡਾਂ ਸਾਫੂਵਾਲ ਦੀ ਧਰਤੀ ਦਾ ਟਰਾਈ ਉਧਰਲੇ ਪਾਸੇ ਕਿਹੜਾ ਨੌਜਵਾਨ ਕਰਦਾ ਹੈ ਲਓ ਉਧਰਲੇ ਪਾਸੇ ਕਬੱਡੀ ਜਗਤ ਦੇ ਵਹਾਂ ਖਿਡਾਰੀ ਪੁੱਜੇ ਹੋਏ ਆ ਉਧਰ ਕਹਿੰਦੇ ਬੁਲਾਰੇ ਵੀ ਪੁੱਜੇ ਹੋਏ ਆ ਅਮਨ ਹੈ ਭੁੰਦੜ ਵਾਲਾ ਜਿਹਨੇ ਕਹਿੰਦੇ ਚੋਟੀ ਦਾ ਜੱਫਾ ਲਾਇਆ ਐਨ ਭੁੰਦੜ ਵਾਲੇ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਗੇਜਾ ਆ ਗਿਆ ਦੇਸੂ ਯੋਧਾ ਵਾਲਾ ਕਬੱਡੀ ਦਾ ਖਿਡਾਰੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਲੈ ਵੀ ਸੰਤਿਆ ਤੈਨੂੰ ਵੀ ਲੋਕ ਜਾਣਦੇ ਆ ਇਹ ਕੌਣ ਹੈ ਇਹ ਇੰਦਗੜ੍ਹ ਦੀ ਧਰਤੀ ਦਾ ਸੰਤ ਹੈ ਮੇਰੇ ਵੀਰੋ ਐਨ ਕਹਿੰਦੇ ਵੀ ਦੂਜਾ ਟਾਰਜਨ ਹੈ ਇਹ ਗੁਰਦਿੱਤੀ ਵਾਂਗੂ ਜੱਫੇ ਲਾਉਂਦਾ ਗੱਲ ਚੋਟੀ ਦੀ ਕਰ ਜਾਂਦਾ ਲੈ ਵੀ ਗੇਜਿਆ ਸਿੰਘ ਸਰਦਾਰ ਬੜੇ ਭਾੜੇ ਹੁੰਦੇ ਆ ਬੜੇ ਭਾੜੇ ਹੁੰਦੇ ਢੁੱਡੀ ਵਾਲਾ ਸਾਹਮਣੇ ਦੇਖਦੇ ਹੈ ਇੰਦਗੜ੍ਹ ਬੀ ਦੇ ਤਰਫੋਂ ਕਬੱਡੀ ਪਾਵੇਗਾ ਲਓ ਰਮਣਾ ਢੁੱਡੀ ਵਾਲਾ ਜਮਾ ਫਿੱਟ ਹੈ ਪਰ ਉਹਦੇ ਪਾਸੋਂ ਦੇਖਦੇ ਹੈ ਕਿ ਕੀ ਜਾਦੂ ਹੁੰਦਾ ਹੈ ਕੀ ਜਾਦੂ ਹੁੰਦਾ ਇਸ ਤੋਂ ਬਾਅਦ ਜਿਹੜਾ ਮੈਚ ਹੈ ਐਕਸ਼ਨ ਵਾਲੇ ਸਟਾਰਾਂ ਦਾ ਹੈ ਉਹ ਵੀ ਤਿਆਰੀ ਫੜ ਲਓ ਜਲਦੀ ਦੇ ਨਾਲ ਐਕਸ਼ਨ ਵਾਲੇ ਸਟਾਰ ਇਸ ਤੋਂ ਬਾਅਦ ਜਿਹੜਾ ਮੈਚ ਹੈ ਐਕਸ਼ਨ ਵਾਲੇ ਸਟਾਰ ਜਲਦੀ ਦੇ ਨਾਲ ਤਿਆਰੀ ਫੜ ਲਓ ਇਸ ਮੈਚ ਤੋਂ ਬਾਅਦ ਹੀ ਕੁਲਦੀਪ ਜੀ ਮੈਚ ਉਹਨਾਂ ਦਾ ਜੀ ਇਸ ਮੈਚ ਤੋਂ ਬਾਅਦ ਆ ਜਾਂ ਇਹ ਮੈਚ ਤੋਂ ਕਰਾ ਕੇ ਬਾਅਦ ਚ ਕਰਾਉਣਾ ਹੈ ਲਓ ਉਹ ਜਿਹਾ ਡਿਸਾਈਡ ਕਰ ਲਓ ਸਾਹਮਣੇ ਫਿਰ ਵੇਖਦੇ ਕਿ ਇੰਦਗੜ੍ਹ ਦੇ ਤਰਫਾ ਪਾਸੇ ਵੇਖਦੇ ਹਾਂ ਕਿ ਕਬੱਡੀ ਪੈ ਚੁੱਕੀ ਹੈ ਅਗਲੀਆਂ ਜਿਹੜੀਆਂ ਟੀਮਾਂ ਉਹ ਵੀ ਮੰਦਰ ਜੀ ਬੋਲ ਦੋ ਨਾਲ ਦੀ ਨਾਲ ਬਦਰਾ ਮੇਰੇ ਖਿਆਲੀ ਭਾਂਗਰ ਤੇ ਬਦਰਾ ਨਾਲ ਮੇਰੀ ਬੇਨਤੀ ਹੈ ਹੁਣ ਚਾਹ ਪਾਣੀ ਪੀ ਲਿਆ ਹੋਣਾ ਬੂਟਾ ਉਮਰੀ ਵਾਲਾ ਤੇ ਖੋਸੇ ਕੋਟ ਵਾਲਾ ਅਮਰੀਕ ਸਾਡੇ ਪਿਆਰੇ ਵੀਰ ਹੈ ਛੋਟਾ ਵੀਰ ਅਮਰੀਕ ਖੋਸਾ ਕੋਟ ਦਾ ਬਹੁਤ ਪਿਆਰਾ ਵੀਰ ਹੈ ਉਹਨਾਂ ਨੂੰ ਬੇਨਤੀ ਹੈ ਵੀ ਹੁਣ ਚਾਹ ਪਾਣੀ ਪੀ ਲਿਆ ਤੇ ਆ ਜਾਓ ਮੇਰੇ ਵੀਰ ਹੁਣ ਅਸੀਂ ਚਾਹ ਪਾਣੀ ਪੀ ਲਈਏ ਉਦੋਂ ਬਾਅਦ ਸਮੇਂ ਸਮੇਂ ਨਾਲ ਹੀ ਚੱਲਦੇ ਰਵਾਂਗੇ ਲਓ ਕਬੱਡੀ ਦੇ ਮੈਦਾਨ ਦੇ ਮਨਸੂਰ ਵਾਲੀਆ ਤੇ ਕੱਦੀ ਸਹਿਣੇ ਵਾਲਾ ਐਨ ਬੱਲੇ ਬੱਲੇ ਹੁੰਦੀ ਹੋਈ ਵਾਹ ਤਾੜੀ ਮਾਰੋ ਇੱਕ ਵਾਰੀ ਜ਼ੋਰਦਾਰ ਮੁੰਡੇ ਨੇ ਹਰਖਣਾ ਅਰਖਣਾ ਕੱਦੀ 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 ਪੁੱਤਰਾ ਉਹਦੇ ਦੁੱਖ ਦੇ ਥਾਂ ਵੱਜੀ ਹੈ ਉਹਨੇ ਤਾਂ ਹੀ ਥਾਪੀ ਮਾਰੀ ਹੈ ਪੀੜ ਲੱਗੀ ਉਹਦੇ ਤੂੰ ਤੇ ਐ ਮਾਰਦਾ ਸੀ ਜਿਵੇਂ ਗਰੇਲੇ ਤੇ ਮਾਰਦਾ ਹੁੰਦਾ ਉਹਦੇ ਪੀੜ ਲੱਗੀ ਹੈ ਉਹਨੇ ਤਾਂ ਥਾਪੀ ਮਾਰੀ ਹੈ ਲਓ ਜ਼ੋਰ ਲਓ ਅਗਲੀ ਰੇਡ ਆ ਗਿਆ ਗੇਜਾ ਹਰਿਆਣੇ ਵਾਲਾ ਅਲੀਕੇ ਦੇ ਏਰੀਏ ਦਾ ਡੱਬ ਵਾਲੀ ਦੇ ਏਰੀਏ ਦਾ ਗੱਭਰੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸੇਮੇ ਅਲੀਕਿਆਂ ਵਾਲੇ ਨੇ ਤਿਆਰ ਕੀਤਾ ਇਸ ਖਿਡਾਰੀ ਨੂੰ ਲੱਗਦਾ ਹੋਇਆ ਜ਼ੋਰ ਭਾਉ ਨੌਜਵਾਨਾਂ ਅੰਕ ਰੇਡਰ ਦਾ ਹੈ ਲਓ ਪਿੰਦਾ ਸਾਫੂ ਵਾਲੀ ਆ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਲਓ ਪਿੰਦਾ ਸਾਫੂ ਵਾਲ ਦੀ ਧਰਤੀ ਹੈ ਲਓ ਕਲਾਸ਼ ਦਾ ਗਰਾਊਂਡ ਹੈ ਲਓ ਅਗਲੀਆਂ ਟੀਮਾਂ ਬਦਰਾ ਤੇ ਨਾਲ ਉਹਦੀ
ਜਿਹੜੀ ਟੀਮ ਹੈ ਨਾਲ ਭਾਂਗਰ ਦੀ ਟੀਮ ਹੈ ਉਹ ਵੀ ਤਿਆਰੀ ਫੜ ਲਓ। ਲਓ ਪਿੰਡਾ ਸਾਫੂਵਾਲ ਦੀ ਧਰਤੀ ਤੋਂ ਉਧਲੇ ਪਾਸੇ ਕੰਨੀ ਨੱਪੀ ਬੈਠੇ ਆ, ਉਧਲੇ ਪਾਸੇ ਪਤਾ ਲੱਗ ਜਾਣਾ ਪਿੰਡਿਆ, ਇੱਥੇ ਪਤਾ ਲੱਗਣਾ ਬੂਰੀਆਂ ਚੁੰਗੀਆਂ ਦਾ। ਲਓ ਸੀਜਨ ਜੇ ਜਾ ਕੇ ਪਿੰਡਾ ਟੈਂਡ ਕਢਾ ਲੈਂਦਾ ਸਾਫੂਵਾਲੀ ਹੈ। ਲਓ ਪਵੈਂਟ ਪਿੰਡੇ ਦਾ, ਜਲਦੀ ਦੇ ਨਾਲ ਅਗਲੀਆਂ ਟੀਮਾਂ ਜਿਹੜੀਆਂ ਤਿਆਰ ਹੋ ਜਾਓ ਜੀ, ਜਲਦੀ ਦੇ ਨਾਲ। ਲਓ ਉਧਲੇ ਪਾਸੇ ਫਿਰ ਤੱਕਦੇ ਆ ਇੰਦਗੜ ਦੇ ਤਰਫ ਪਾਸੇ, ਰੇਡ ਪੈ ਚੁੱਕੀ ਖੇਡ ਮੈਦਾਨ ਦੇ ਅੰਦਰ। ਉਧਲੇ ਪਾਸੇ ਸਾਡਾ ਪੁਆਇੰਟਾਂ ਵੇਲ ਵੀਰ ਦਾ ਵੀ ਧੰਨਵਾਦ ਕਰਦੇ ਆ, ਸੱਦੇ ਵਰਗਿਆਂ ਦਾ ਜਿਨ੍ਹਾਂ ਨੇ ਤੜਕੇ ਤੋਂ ਲੈ ਕੇ ਲੇਖਾ ਜੋਖਾ ਕਰੀ ਜਾਂਦੇ ਆ, ਲਾਡੀ ਵਰਗੇ ਸਾਡੇ ਵੀਰ ਜਿੰਨੇ ਵੀ ਗਰਾਊਂਡ ਦੇ ਵਿੱਚ ਬਲਕਾਰ ਵਰਗੇ ਸਾਰਿਆਂ ਦਾ ਧੰਨਵਾਦ। ਰਮਨ ਆ ਗਿਆ ਟੁੱਡੀ ਵਾਲਾ ਰੇਡ ਪਾਉਣ ਦੇ ਲਈ ਮੇਰੇ ਮਿੱਤਰੋ। ਉਧਰ ਭੋਲਾ ਸਰਪੰਚ ਬਾ ਤੇ ਨਾਲ ਸਾਡੇ ਭੋਲਾ ਸਰਪੰਚ ਜੀ ਖਾਜੇ ਖੜਕ ਵਾਲੇ, ਉਹ ਵੀ ਜਿਹੜੇ ਸਿੱਧੀਆਂ ਤਾਰਾਂ ਜੋੜੀ ਬੈਠੇ ਆ ਆਏ ਹੋਏ ਆ ਸਾਰੇ ਵੀਰ, ਸਾਰੇ ਵੀਰਾਂ ਦਾ ਧੰਨਵਾਦ। ਲਓ ਕਬੱਡੀ ਦਾ ਮੈਚ ਚੁੱਟੀ ਦਾ, ਐਨ ਲੋਕ ਖੜ ਖੜ ਕੇ ਵੇਖਦੇ ਆ ਵੀ ਕਲਾਸ਼ ਅੱਜ ਕਬੱਡੀ ਦਾ ਮੇਲਾ ਹੋ ਰਿਹਾ, ਪੂਰੀ ਦੁਨੀਆ ਦੇਖ ਰਹੀ ਹੈ ਪੰਜਾਬ ਲਾਈਵ ਵਨ ਦੇ ਜ਼ਰੀਏ, ਔਰ ਪਿਓਰ ਪੰਜਾਬੀ ਲਾਈਵ ਦੇ ਜ਼ਰੀਏ ਪੂਰੀ ਦੁਨੀਆ ਜੁੜੀ ਹੋਈ ਹੈ। ਕੈਨੇਡਾ, ਅਮੈਰੀਕਾ, ਇੰਗਲੈਂਡ, ਪੂਰੀ ਦੁਨੀਆ ਦੇ ਉੱਤੇ ਧੁੰਮ ਹੈ ਪੰਜਾਬ ਦੀ ਮਾਂ ਖੇਡ ਕਬੱਡੀ ਦੀ। ਲਓ ਗੇਜਾ ਦੇਸੂ ਯੋਧਾ ਵਾਲਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ। ਹੈਲੋ ਹੈਲੋ ਲੱਖਾ ਆ ਗਿਆ ਮਨਸੂਰ ਵਾਲੀਆ, ਗੱਭਰੂ ਕਬੱਡੀ ਪਾਉਣ ਦੇ ਲਈ ਜੀਰੇ ਦੇ ਏਰੀਏ ਦਾ ਮੁੰਡਾ ਹੈ, ਤੇ ਦੂਸਰੇ ਪਾਸੇ ਨਹੀਂ ਉਹ ਸੋਹਣਿਆ, ਨਹੀਂ ਉਹ ਸੋਹਣਿਆ, ਇਹਨੂੰ ਫੜਨਾ ਹਾਰੀ ਸਾਰੀ ਦਾ ਕੰਮ ਨਹੀਂ। ਮੁੰਡੇ ਨੇ ਐਨ ਚੋਟੀ ਦੀ ਖੇਡ ਖੇਡੀ ਹੈ। ਲੈ ਵੀ ਗੱਬਰ ਥੋੜੀ ਵਿਸਲ ਆ ਰਹੀ ਹੈ, ਧਿਆਨ ਦੇ ਵੀ ਨੌਜਵਾਨਾਂ। ਲਓ ਉਹਦੇ ਪਾਸੋਂ ਜਿਹਨੇ ਮਾਨ ਸਨਮਾਨ ਭੇਜਣਾ ਉਹ ਵੀ ਵਟਸਐਪ ਤੇ ਮੈਸੇਜ ਕਰਦਾ, ਇਹ ਵੀ ਵੱਖਰਾ ਸ਼ਕੂਰ, ਉਹਦੇ ਖੁਸ਼ ਦਾ ਵੀ ਧੰਨਵਾਦ ਕਰਦੇ ਆ, ਬੜੇ ਮਾਨ ਸਨਮਾਨ ਭੇਜਦਾ ਸ਼ਕੂਰ ਵਾਲਾ। ਲਓ ਉਧਲੇ ਪਾਸੇ ਚੱਕ ਲਿਆ, ਲਓ ਮਾਸੀ ਦੇ ਪੁੱਤ ਨੂੰ ਕਹਿੰਦਾ ਜੱਫੀ ਪਾ ਦਿੱਤੀ ਹੈ। ਲਓ ਸਾਹਮਣੇ ਖੇਡ ਮੈਦਾਨ ਦੇ ਅੰਦਰ ਪਵੈਂਟ ਯਾਫੀ ਦਾ ਪਿੰਦਾ ਸਾਫੂਵਾਲ ਦੀ ਧਰਤੀ ਹੈ। ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ, ਜਦ ਲੋਹਾ ਕੱਢਦਾ ਲੋਹੇ ਨੂੰ ਤੇ ਭਾਂਬੜ ਮਚੇ ਅੰਗਿਆਰਿਆਂ ਦਾ, ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ, ਮੁੱਲ ਪੈਂਦਾ ਨੀ ਫੇਰੇ ਲੋਕੇ ਲਲਕਾਰਿਆਂ ਦਾ, ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ। ਦੋਵੇਂ ਟੀਮਾਂ ਗਰਾਊਂਡ ਚ ਆ ਜਾਓ ਮੇਰੇ ਭਰਾ, ਹਾਂ ਦੋਵੇਂ ਟੀਮਾਂ ਹੀ ਆ ਜਾਓ, ਦੋਵੇਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣ। ਪ੍ਰਬੰਧਕ ਵੀਰ ਜਿਵੇਂ ਕਹਿ ਰਹੇ ਆ ਆਪਾਂ ਉਹ ਗੱਲ ਦੇ ਉੱਤੇ ਗੌਰ ਕਰਨੀ ਹੈ। ਲਓ ਪਿੰਦਾ ਸਾਫੂ ਵਾਲੀ ਆ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ। ਗੇਜਾ ਆ ਗਿਆ ਦੇਸੂ ਯੋਧਾ ਵਾਲਾ ਮੁੰਡਾ ਹਰਿਆਣੇ ਵਾਲਾ, ਰੇਡ ਪਾਉਣ ਦੇ ਲਈ ਕਿ ਲੋੜਾਂ ਵਾਸਤੇ ਨੀ ਕਦੇ ਯਾਰੀ ਲਾਈ ਦੀ, ਲੱਗ ਗਈ ਯਾਰੀ ਫਿਰ ਪੈਰ ਪਿੱਛੇ ਧਰੋ ਨਾ, ਉਹ ਸਿੱਧਾ ਕਿਉਂ ਨੀ ਕਹਿੰਦੇ ਤੇਰੀ ਲੋੜ ਮੁੱਕ ਗਈ ਤੇ ਬਦਲ ਗਿਆ ਕਹਿ ਕੇ ਬਦਨਾਮ ਕਰੋ ਨਾ, ਸਿੱਧਾ ਕਿਉਂ ਨੀ ਕਹਿੰਦੇ ਤੇਰੀ ਲੋੜ ਮੁੱਕ ਗਈ ਤੇ ਬਦਲ ਗਿਆ ਕਹਿ ਕੇ ਬਦਨਾਮ ਕਰੋ ਨਾ। ਵਾਹ ਉਹ ਸੰਤਿਆ, ਕੱਲੇ ਨਾ ਕੱਲੇ ਦੀ ਖੇਡ ਹੈ, ਕੱਲੇ ਨਾ ਕੱਲੇ ਦੀ ਖੇਡ ਹੈ। ਲਓ ਅਗਲੀ ਰੇਡ ਰਮਨਾ ਢੁੱਡੀ ਵਾਲਾ ਫਿਰ ਕਬੱਡੀ ਪਾਉਣ ਦੇ ਲਈ ਆ ਗਿਆ, ਨਿਰਮਲ ਸੰਘੇ ਦੇ ਪਿੰਡ ਦਾ ਗੱਭਰੂ ਕਬੱਡੀ ਦੇ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਹੈ, ਐਨ ਬੱਲੇ ਬੱਲੇ ਹੁੰਦੀ ਹੈ, ਕਬੱਡੀ ਦੇ ਖਿਡਾਰੀਆਂ ਦਾ ਵੱਖਰਾ ਹੀ ਰੋਹ ਹੁੰਦਾ, ਪੱਪਾ ਭਰ ਤੁਰਦੇ ਨੇ ਪੱਟਾਂ ਵਿੱਚ ਜ਼ੋਰ ਹੁੰਦਾ, ਚੁੰਡੀ ਜਾਏ ਨਾ ਸਰੀਰ ਉੱਤੇ ਵੱਡੀ ਮਿੱਤਰੋ, ਤੇ ਤਾਂ ਜਾ ਕੇ ਖੇਡੀ ਜਾਂਦੀ ਹੈ ਕਬੱਡੀ ਮਿੱਤਰੋ, ਤਾਂ ਜਾ ਕੇ ਖੇਡੀ ਜਾਂਦੀ ਹੈ ਕਬੱਡੀ ਮਿੱਤਰੋ। ਮੁੱਲ ਹੈ ਕਬੱਡੀ ਦਾ, ਧੁੰਮ ਹੈ ਕਬੱਡੀ ਦੀ, ਮੈਚ ਕਬੱਡੀ ਦਾ, ਆ ਵੀ ਨੌਜਵਾਨਾਂ ਪਾਰੇੜ ਲੈ ਵੀ ਸੁੱਖ ਕਰ ਗੱਲ। ਉਧਰਲੇ ਪਾਸੋਂ ਅਗਲੀ ਟੀਮ ਜਿਹੜੀ ਐਕਸ਼ਨ ਵਾਲੀ ਹੈ ਕਿ ਜੀ ਭਾਂਗਰ ਤੇ ਬਦਰਾ ਜੀ, ਇਹ ਵੀ ਦੱਸ ਦੋ ਮਾੜਾ ਜਾ, ਕਿਉਂਕਿ ਦੋਨੇ ਟੀਮਾਂ ਤਿਆਰ ਕਰਨੀਆਂ ਜਲਦੀ ਦੇ ਨਾਲ। ਬੇਨਤੀ ਪ੍ਰਬੰਧਕਾਂ ਨੂੰ, ਕੁਲਦੀਪ ਹੋਣਾ ਬਾਈ ਉਹਨਾਂ ਨੂੰ, ਬਲਕਾਰ ਬਾਈ ਹੋਣਾ ਨੂੰ ਮਾੜਾ ਜਾ ਇੱਥੋਂ ਡਿਟੇਲ ਵੇਖ ਕੇ ਦੱਸੋ ਜੀ ਮਾੜਾ ਜਾ ਜਲਦੀ ਦੇ ਨਾਲ। ਬਲਕਾਰ ਕਿਹੜਾ ਮੈਚ ਕਰਵਾਉਣਾ ਲਾਡੀ ਦੱਸੀ, ਐਕਸ਼ਨ ਐਕਸ਼ਨ ਵਾਲੇ ਬੱਚੇ ਤਿਆਰ ਹੋ ਜਾਣ, ਖਾਲਸਾ ਜੀ ਦੋਨੇ ਟੀਮਾਂ ਤਿਆਰ ਕਰ ਲਈਏ, ਐਕਸ਼ਨਾਂ ਵਾਲੇ ਬੱਚੇ, ਖਾਲਸਾ ਜੀ ਦੋਨੇ ਟੀਮਾਂ ਜਿਹੜੀਆਂ ਗਰਾਊਂਡ 'ਚ ਲੈ ਕੇ ਆ ਜਾਓ 5 ਮਿੰਟਾਂ ਤੋਂ ਪਹਿਲਾਂ ਜਿਹੜੇ ਐਕਸ਼ਨਾਂ ਵਾਲੇ ਬੱਚੇ ਹੈ ਉਹ ਟੀਮਾਂ ਤਿਆਰ ਆ ਦੋਵੇਂ। ਲਾ ਇੱਧਰ ਮੁਕਾਬਲਾ ਫਿਰ ਚੋਟੀ ਦਾ, ਕੱਦੀ ਸਹਿਣੇ ਵਾਲਾ ਤੇ ਲੱਖਾ ਮਨਸੂਰ ਵਾਲੀ ਆ, ਕੱਦੀ ਤਾੜੀ ਮਾਰ ਦਿਓ, ਤਾੜੀ ਮਾਰ ਦਿਓ, ਉਹ ਮਿੱਤਰਾਂ 'ਚ ਖੜਕ ਪਈ
ਹੁਣ ਸੁਣ ਕੇ ਜਾਈ ਸਰਦਾਰਾ ਮਿੱਤਰਾਂ ਚ ਖੜਕ ਪਈ ਹੁਣ ਸੁਣ ਕੇ ਜਾਈ ਸਰਦਾਰਾ ਲਓ ਕਬੱਡੀ ਗੇਜੇ ਦੀ ਤੇ ਗੱਲ ਕਰ ਵੀ ਸੁੱਖ ਲਓ ਸਾਹਮਣੇ ਗੇਜਾ ਦੇਖਦੇ ਕਿ ਕਬੱਡੀ ਪਾ ਰਿਹਾ ਡੱਬ ਵਾਲੀ ਦੇ ਲਾਗੋ ਕਦੇ ਦੇਖਦੇ ਆ ਕਿ ਮੁੰਡਾ ਬੱਲੇ ਬੱਲੇ ਕਰਾਉਂਦਾ ਉਹਦੇ ਪਾਸੇ ਸੰਤਾ ਆਨੇ ਖੱਡ ਕੇ ਕਹਿੰਦੇ ਚੜਦਾ ਹੱਥ ਉਹਦੇ ਪਾਸੋਂ ਵੇਖਦੇ ਆ ਲਓ ਸੰਤੇ ਨੇ ਕਹਿੰਦੇ ਦੇਖਦੇ ਕਿ ਪੂਰੇ ਆਨੇ ਇੱਥੇ ਵਾਰ ਚ ਕਰ ਲੈਂਦਾ ਫੇਰ ਹੱਥ ਛੱਡਦਾ ਸੰਤੇ ਦੀ ਖੇਡ ਵੀ ਪੁਰਾਣੀ ਹੈ ਦੱਸੋ ਕੰਮ ਅੰਦਰ ਜੀ ਐਕਸ਼ਨਾਂ ਵਾਲੀਆਂ ਦੋਨੇ ਟੀਮਾਂ ਬਾਅਦ ਚ ਆਉਣਗੀਆਂ ਭਾਂਗਰ ਤੇ ਦੋਨੇ ਟੀਮਾਂ ਆ ਜਾਣ ਬਦਰਾ ਭਾਂਗਰ ਤੇ ਬਦਰਾ ਦੋਨੇ ਟੀਮਾਂ ਆ ਜਾਓ ਜੀ ਐਂਟਰ ਹੋਣ ਇਹ ਚੋਂ ਕਿਹੜੀ ਟੀਮ ਜਿੱਤ ਗਈ ਸਹਿਣਾ ਸਹਿਣੇ ਦੀ ਟੀਮ ਜਿੱਤ ਗਈ ਹੈ ਸੁੱਖ ਜਿਵੇਂ